ਜੂਦਾਂ ਜਨਾਬ ਪ੍ਰਾਈ ਇਲਾਕੇ 'ਚ ਗਿੱਸ ਆ ਰਹੇ ਦੁੱਧ ਰੋਜ਼ਾਨਾ ਸੇਲ ਹੋਣਾ ਨਾ ਜੀ ਸੁਬਹ ਸ਼ਾਮ ਸੁਬਹ ਗਈਆਂ ਮੰਜੀਆਂ ਉਹ ਅਸੀਂ ਦੱਸਣੇ ਆ ਇਸ ਇਲਾਕੇ ਦੇ ਸਭ ਤੋਂ ਬੜਾ ਫਾਰਮ ਹੈ ਉਹ ਹਾਜੀ ਰਜ਼ਾਕ ਦਾ ਤਕਰੀਬਨ ਇਸ ਫਾਰਮ ਬਣਿਆ 15 ਸਾਲ ਹੋਈ ਹੈ ਮੁਖਤਲਿਫ ਕਿਸਮ ਦੀਆਂ ਗਈਆਂ ਮੁਖਤਲਿਫ ਨਸਲਾਂ ਦੀਆਂ ਗਈਆਂ ਨੇ ਇੱਥੇ ਜੀ ਬਿਸਮਿਲਲਾਹਿਰਰਹਮਾਨਿਰਰਹੀਮ ਅਸਲਾਮ ਅਲੈਕਮ ਜੀ ਅਮੀਦ ਕਸਾਂ ਸਾਰੇ ਪੈਣਾ ਭਰਾ ਠੀਕ ਠਾਕ ਉਸ ਅੱਜ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਇਆ ਮੈਂ ਸਣਾ ਮੇਜ਼ਬਾਨ ਚੌਧਰੀ ਮਨਸੂਰ ਜੱਟ ਅੱਜ ਮੌਜੂਦ ਹਾਂ ਜਨਾਬ ਪ੍ਰਾਈ ਇਲਾਕੇ 'ਚ ਅੱਜ ਤੁਸੀਂ ਦੱਸਣੇ ਆ ਫਾਰਮ ਜਨਾਬ ਪੂਰੀ ਫਾਰਮ ਹਾਊਸ ਪ੍ਰਾਈ ਅੱਜ ਹੀ ਰਜ਼ਾਕ ਸਾਹਿਬ ਨਾਲ ਫਾਰਮ ਹੈ ਪ੍ਰਾਈ ਅੰਦਰ ਇੱਥੇ ਹੈ ਜਨਾਬ ਗਈਆਂ ਮੰਜੀਆਂ ਉਹ ਅਸੀਂ ਦੱਸਣੇ ਆ ਬੜਾ ਖੂਬਸੂਰਤ ਮਾਹੌਲ ਹੈ ਦੇਸੀ ਮਾਹੌਲ ਹੈ ਇੱਥੇ ਦੁੱਧ ਵੇਚੀ ਰਹੇ ਨੇ ਉਹ ਅਸੀਂ ਪੂਰੀਆਂ ਅੱਜ ਪੂਰੀ ਵੀਡੀਓ ਦੱਸਣੇ ਆ ਗਈਆਂ ਮੰਜੀਆਂ ਨਾਲ ਦੱਸਣੇ ਆ ਤਾਂ ਸਾਡੀ ਵੀਡੀਓ ਪੂਰੀ ਵਾਚ ਕਰੇ ਬੜਾ ਖੂਬਸੂਰਤ ਇਹ ਵੀਡੀਓ ਸੀ ਕਿਉਂਕਿ ਅਕਸਰ ਪਿਣਾ ਪਰਾਂ ਇਹ ਜੇ ਫਾਰਮ ਨਹੀਂ ਤੱਕੇ ਕਿਉਂਕਿ ਦੇਸੀ ਫਾਰਮ ਜਿਹੜੇ ਹੋਣੇ ਲੱਗੇ ਵੇ ਸਾਰੇ ਕਸ਼ਮੀਰ ਦੇ ਅੰਦਰ ਉਹ ਸਾਂ ਨਹੀਂ ਤੱਕੇ ਵੇ ਤਾਂ ਇਹ ਵੀਡੀਓ ਪੂਰੀ ਵਾਚ ਕਰੇ ਤਾਂ ਜਿਹਨਾਂ ਪਿਣਾ ਪਰਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਉਮੀਦ ਕਰਾਂ ਤੁਸੀਂ ਸਾਡੀ ਵੀਡੀਓ ਪਸੰਦ ਸੀ ਤਾਂ ਸਾਡੇ ਨਾਲ ਨਾਲ ਰਹੇ ਤਾਂ ਪੂਰੀ ਵੀਡੀਓ ਵਾਚ ਕਰੇ ਅੱਛਾ ਜੁਲੇ ਅੰਦਰ ਤੁਸੀਂ ਦੱਸਣੇ ਆ ਫਾਰਮ ਨਾਲ ਵਿਜ਼ਿਟ ਪੂਰੇ ਕਰਾਉਣੇ ਆ ਜੀ ਨਾ ਅਸੀਂ ਪੁੱਜੀ ਹਾਂ ਆਦੀ ਅਜੀ ਅਬਦੁਲ ਰਜ਼ਾਕ ਨੇ ਫਾਰਮ ਜਿੱਦਾਂ ਇਹਨਾਂ ਰੱਖੀਆਂ ਨੇ ਗਈਆਂ ਸਹੀਆਂ ਪ੍ਰਾਈ ਪ੍ਰਾਈ ਇਲਾਕੇ 'ਚ ਪੁੱਜੀਆਂ ਅਤੇ ਗਈਆਂ ਮੰਜੀਆਂ ਸੋ ਨਾਲ ਤੱਕ ਨਹੀਂ ਤੱਕੀਆਂ ਸੁਣ ਅਸਾਂ ਅੰਦਰ ਪੁੱਜੀਆਂ ਅਸਾਂ ਨਾਲ ਜਨਾਬ ਮਾਸਟਰ ਇਬਰਾਹ ਸਾਹਿਬ ਮੌਜੂਦ ਨੇ ਇਹਨਾਂ ਨੂੰ ਪੁੱਛਾਂ ਇਹਨਾਂ ਨੇ ਬਾਰੇ 'ਚ ਕੋਈ ਅਸਲਾਮੁ ਅਲੈਕੁਮ ਜੀ ਵਾਲਕੁਮ ਸਲਾਮ ਹੋਰ ਠੀਕ ਠਾਕ ਹੋਣਾ ਜੀ ਅਲਹਮਦੁਲਿਲਾਹ ਅੱਲਾਹ ਨਾ ਸ਼ੁਕਰ ਬਸ ਇੱਥੇ ਫਾਰਮ ਹੈ ਫਾਰਮ ਮੇਰਾ ਤਾਂ ਨਹੀਂ ਹੈ ਲੇਕਿਨ ਮਾਮੂ ਨਾਲ ਹੀ ਹੈ ਫਾਰਮ ਹੈ ਮਾਸ਼ਾਅੱਲਾ ਇੱਥੇ ਗਈਆਂ ਨਾ ਮੰਜੀਆਂ ਨਾ ਪੋਲਟਰੀ ਫਾਰਮ ਵੀ ਹੈ ਬਸ ਮੁਰਗੀਖਾਨਾ ਵੀ ਹੈ ਇੱਥੇ ਲੇਅਰ ਵੀ ਇੱਥੇ ਬਈ ਨੇ ਮੁਰਗੀਆਂ ਮੁਖਤਲਿਫ ਕਿਸਮ ਦੀਆਂ ਮੁਰਗੀਆਂ ਵੀ ਇੱਥੇ ਹਨ ਮਾਸ਼ਾਅੱਲਾ ਜ਼ਬਰਦਸਤ ਅਲਹਮਦੁਲਿਲਾਹ ਬੜਾ ਅੱਛਾ ਕੰਮ ਜਾ ਰਿਹਾ ਉਹਨਾਂ ਨੂੰ ਅਤੇ ਇੱਥੇ ਤਾਂ ਮੈਂ ਤਾਂ ਵੈਸੇ ਹੀ ਵਿਜ਼ਿਟ ਵੀ ਦਿਖਾਇਆ ਸਾਨੂੰ ਨਾਲ ਤੁਸਾਂ ਨਾਲ ਮੁਲਾਕਾਤ ਹੋਈ ਹੈ ਤੁਸਾਂ ਵੀ ਇਧਰੋਂ ਆਈ ਗਏ ਇੱਥੇ ਮੈਂ ਤਾਂ ਵੈਸੇ ਇੱਥੋਂ ਗੁਜ਼ਰੀ ਰਿਹਾ ਸਾਂ ਮੈਂ ਚਲੋ ਉੱਥੋਂ ਚੈੱਕ ਕਰੀ ਜੂੰ ਤੁਸਾਂ ਅਚਾਨਕ ਤੁਸਾਂ ਨਾਲ ਵੀ ਮੁਲਾਕਾਤ ਹੋਈ ਗਈ ਇੱਥੇ ਇਹ ਦੱਸੋ ਜੇ ਫਾਰਮ ਮੰਨਤੇ ਕਿੰਨੇ ਅਰਸੇ ਤੋਂ ਇੱਥੇ ਮੰਨਤੇ ਇਸ ਇਲਾਕੇ 'ਚ ਪ੍ਰਾਈ ਜੀ ਤਕਰੀਬਨ ਇਸ ਫਾਰਮ ਬਣਿਆ 15 ਸਾਲ ਹੋਈ ਹੈ ਮਾਸ਼ਾਅੱਲਾ ਬੜੀ ਗੱਲ ਹੈ ਕਾਫੀ ਪੁਰਾਣਾ ਇਹ ਫਾਰਮ ਹੈ ਮਾਸ਼ਾਅੱਲਾ ਕਾਫੀ ਪੁਰਾਣਾ 15 ਸਾਲ ਹੋਈ ਕਿ ਨਹੀਂ ਸੀ ਚੱਲਿਆ ਇਸ ਟਾਈਮ 'ਚ ਮੁਖਤਲਿਫ ਕਿਸਮ ਦੀਆਂ ਗਈਆਂ ਮੁਖਤਲਿਫ ਨਸਲਾਂ ਦੀਆਂ ਗਈਆਂ ਨੇ ਇੱਥੇ ਔਰ ਇਸ ਤੋਂ ਬਾਅਦ ਮੁਖਤਲਿਫ ਨਸਲਾਂ ਦੀਆਂ ਬੈਂਸਾਂ ਵੀ ਹਨ ਜੀ ਹਾਂ ਤੇ ਇਹ ਕਿਹੜੀ ਨਸਲ ਨਹੀਂ ਦੱਸ ਸਕਦੇ ਤੁਸੀਂ ਮੈਂ ਕੋਈ ਇਤਨਾ ਜ਼ਿਆਦਾ ਇਸ ਨੇ ਤਜਰਬਾ ਤਾਂ ਨਾ ਰੱਖਣਾ ਥੋੜ੍ਹਾ ਬਹੁਤ ਬਾਰ ਇਹ ਆ ਕਿ ਇਸ ਨੇ ਆਸਟ੍ਰੇਲੀਆ ਨਾਲ ਜਰਸੀ ਨਸਲ ਹੈ ਸਾਹੀਵਾਲ ਹੈ
اور مختلف کوئی مختلف نسل نے سے مثلا زیادہ آسٹریلیا اور سہیوال ہی ہے جی اے سان تکیا کہ نوکر چاکر لگے انہوں نے دودھ کافی ہے دودھ بیچی رہے نا کیا کری رہے ہیں دودھ کے سارے کے دودھ روزانہ سیل ہونا نا جی صبح شام صبح بھی جانا آیا انہوں نے اپنی گڈی ہے جی اور شام کی بھی جانا دو ٹائم جانا ہے تو دودھ جی یہ گئیاں دودھ ماشاءاللہ بڑی گل ہے اور بھینساں نے دودھ دو ٹائم جے رہا ہے صبح اور شام یہ دودھ اتنا زیادہ ہے مطلب چونے بیچنا کہ مشین استعمال کرنی پئی ہے نہیں نہیں مشین میں وہ تو سامنے سن تو کو نا وہ تو کیم وہ سامنے سن کیمرے دکھائی سکنے اور سامنے مشین بھی لگی ہے وہ ہوں مشین لگی ہے وہ دودھ کی نہیں ٹھیک ہے ناظرین اساں مشین دساں جی گئی ہیں دودھ چونی ہے مشین دساں تو چلو اساں اگے چلنے ہیں دراگ جی ناظرین اساں تکی سکنے مشین لگی ہوئی ہے جی دودھ چونی ہونی ہے کیونکہ اساں اکثر بندیاں نہیں تکی اسی تو جی نال تکی نہیں ہو چلو جی چلو جی ہاں جی ماسٹر جی جی بجلی بھی چلنی ہے موٹر لگی چیک کرو موٹر لگی ہے یہ آٹومیٹک دودھ جو ختم ہونا ہے بند ہو جانی ہے سسٹم ہونا نہیں نہیں آف کرنی پینی ہے ہاں جی آٹومیٹک بھی آپ کو بند کرنی ہوئی ہے تو آٹو سسٹم بھی ہے بند بھی ہو جانی ہے اصل یہ پہلی بار سسٹم تکیا کیونکہ اصل پہلے ٹی وی تک تکیا نہیں سی اصا کوئی سے باقی ٹھیک ہے شکریہ ادا کرنے اپنا قیمتی جا ٹائم کڑیا اساں کہ یہ معلومات دیتی نے نہیں جزاک اللہ جی کوئی قیمتی ٹائم نہیں ایسی گل نہیں اگر تساں ایتھے آئے ہو تو ویلکم جناب موسٹ ویلکم ایک دفعہ چھوڑی تساں کافی دفعہ ایتھے آئی سکنے ہو تساں اپنا فارم کوئی مسئلہ نہیں ہے تے منصور کولمبو صاحب نو جناب تھینک یو کرساں جڑے جناب یہ سارا فارم کری رہے ہیں اور مختلف ویڈیو انہاں نے میں چیک کرنا رہنا یوٹیوب پر فیس بک پر ماشاء اللہ بڑا زبردست اچھا ورک کری رہے اور عوام الناس کی صحیح دسیرے اس کی مطلع کری رہے کہ اس وقت یہ چیزاں ہوئی ہیں ٹھیک ہے تھینک یو اللہ حافظ جی ناظرین یہ سارے استاد ہوئے ہیں کیونکہ سکول پڑھے ہاں تو اس حوالے ساری نے دوستی ایسی سکول نے دور نہیں تو ہوں بھی انہوں نے مطلب اثر جانا گزرا انہوں کو ٹائم تھوڑا کونی تو سا نہ لے رہے تو تھی ویڈیو پوری تمہیں دساں گے بھی نال ٹھیک ہے اوکے حافظ ٹھیک ہے مہربانی جی ٹھیک ہے اج ہی رزاق نے ڈیرے پہ جتنے منجیاں پر بدلیاں یہ تھی نال منجی دساں کہ بڑا بہت بڑا فارم ہے اتنے پرے نے اندر تو سارے نال بھائی اور شامل جڑے اتنے انہیں دیکھ بھال کرنے السلام علیکم وعلیکم السلام جی جی تساں نام کیا محمد منشا محمد منشا کڑ جگہ تھوں تعلق ہے ساڈا ویاڑی ضلع ویاڑی تو ہاں جی ماشاء اللہ انہیں منجیاں بارے کوئی اِسی معلومات دسو کہ یہ ساری دھد مطلب ملیا ساریا یہ ہاں جی ملنی ساری اچھا ہاں جی یہ دھد بیچنے ہو ہاں جی بیچنے اچھا یہ ٹوٹل کتنی منجیا ساری فارم ہے مجھے تقریباً وی ایسا تکے کتنا کی جب نمبر لکھے ہوئے اس نے کیا مطلب ہے نمبر بھائی فلانے نمبر والی میں اتنے فلانے نمبر والی دو ایک نمبر دو نمبر اسی طرح بچے سے پہچان ہونی ہے اچھا ویسے ہی سم لانی نہیں نہیں اونج ہی لگنی ہے اونج کی نہیں لگنی فی الحال مالک نو پتہ لگ جاندا میری فلانی ماں فلانے نمبر والی ماں ہے اچھا ہاں جی اویلی دے نال فارم دا رزلٹ ہوندا جڑا ٹیک لگی ہوئی ہے اچھا ہاں جی تے تساں اے ایک دن دا کتنا دودھ جڑا منجی نا سارا مجھ گائے دا کٹھا ہاں کٹھا کٹھا 100 لیٹر ہونا 100 لیٹر ہاں 100 لیٹر صبح 100 لیٹر شام تے سارا بیچنے ہو یا رکھنے ہو کوئی نہیں نہیں فروخت کرنا اچھا فروخت کری کرنے ہو ٹھیک ٹھیک ہے سن ناظرین نال تک نہیں اسو تے اس منجی کیوں بیا نے کچھ سسٹم او زخم ہوئی ہے سائیڈ تو زخم ہو گئی ہاں جی زخم ہوئی ہے او سائیڈ تو زخم ہوئی ہے نا کپڑا بنیا اچھا بھائی مکھی نہ بائے زخم ہو گئی ہاں جی اس علاقے ہاں جی اچھا اس علاقے جا ایک فارم ہے ہاں جی اس علاقے دے سب تو بڑا فارم ہے یہ حاجی رزاق دا اچھا دوسرا ایتھے کوئی نہیں فارم ہے وہ بڑا فارم ہے ہاں جی بہت بڑا فارم ہے اچھا ہاں جی
जी ना जी सुन आ दखने हो सो ते तुसी असन मनिया दसने है क्योंकि साडे जे परदेस लोग ना अक्सर उना मनिया ने फार्म गई ने फार्म नहीं तके होने असन ही पहली बार तके ने फार्म आए हां क्योंकि टीवी तके होने सुन लेकिन असन बरे रास नहीं तके संजीत जे जवाब दे है वो भी पहले तके ए परे अंदर फार्म है जनाब हाजी रजाक साहब ना फार्म है परे अंदर ते इन्होंने बंदे जे नाल काम करने सुन तकने हो सो ते बड़ी सोहनिया मनिया थे बड़ा सोहना देसी माहौल मनते आए कि एक डेरा इन्होंने पूरा ते अच्छा तुसें जुलिया पूरी मनिया असं विजिट कराने सा नाल ना रहे उम्मीद करने तुम्हें साड़ी वीडियो पसंद सी अगर जिंदगी वहा की जल्दी एक नई वीडियो तुम हाजिर हो सर ठीक है अल्लाह सोने वाला है।